ਇੱਕੋ ਪਰਿਵਾਰ ਦੀਆਂ ਤਿੰਨ ਕੁੜੀਆਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਤਿੰਨਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਇਹ ਕੁੜੀਆਂ ਲਾਪਤਾ ਹੋ ਗਈਆਂ ਸਨ, ਜਿਸ ਤੋਂ ਬਾਅਦ ਪਰਿਵਾਰ ਭਾਲ ਕਰ ਰਿਹਾ ਸੀ ਤੇ ਹੁਣ ਗੋਤਾਖੋਰਾਂ ਦੇ ਵੱਲੋਂ ਤਿੰਨਾਂ ਦੀਆਂ ਡੈੱਡ ਬਾਡੀਜ਼ ਨੂੰ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ। 14 ਤੋਂ 16 ਸਾਲ ਤੱਕ ਦੀ ਉਮਰ ਸੀ ਇਹਨਾਂ ਕੁੜੀਆਂ ਦੀ ਤੇ ਨਾਬਾਲਗ ਦੱਸੀਆਂ ਜਾ ਰਹੀਆਂ ਨੇ। ਦੋ ਕੁੜੀਆਂ ਇੱਕੋ ਪਰਿਵਾਰ ਨਾਲ ਸੰਬੰਧਿਤ ਨੇ ਤੇ ਇੱਕ ਕੁੜੀ ਉਹਨਾਂ ਦੇ ਰਿਸ਼ਤੇਦਾਰਾਂ ਦੀ ਦੱਸੀ ਜਾ ਰਹੀ ਹੈ। ਦੱਸਦੀ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਿੰਨ ਕੁੜੀਆਂ ਦੀਆਂ ਡੈੱਡ ਬਾਡੀਜ਼ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ। 14, 15 ਤੇ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤਿੰਨਾਂ ਕੁੜੀਆਂ ਦੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਕੁੜੀਆਂ ਘਰੋਂ ਚਲੇ ਗਈਆਂ ਸੀ, ਜਿਸ ਤੋਂ ਬਾਅਦ ਇੱਕ CCTV ਦੇ ਵਿੱਚ ਦੇਖਿਆ ਗਿਆ ਸੀ ਕਿ ਇਹ ਭਾਖੜਾ ਨਹਿਰ ਵੱਲ ਜਾ ਰਹੀਆਂ ਨੇ, ਤਾਂ ਲਗਾਤਾਰ ਪਰਿਵਾਰ ਭਾਲ ਕਰ ਰਿਹਾ ਸੀ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਤੇ ਹੁਣ ਇਹਨਾਂ ਦੀਆਂ ਤਿੰਨਾਂ ਦੀਆਂ ਡੈੱਡ ਬਾਡੀਜ਼ ਬਰਾਮਦ ਹੋਈਆਂ ਨੇ। ਹਾਲਾਂਕਿ ਕਾਰਨ ਕੀ ਰਿਹਾ ਹੈ, ਕਿਉਂ ਕੀ ਇਹਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ। ਦੱਸਦੇ ਕਿ 12 ਜੂਨ ਤੋਂ ਇਹ ਲੜਕੀਆਂ ਲਾਪਤਾ ਸੀ ਤੇ ਹੁਣ ਭਾਖੜਾ ਨਹਿਰ ਦੇ ਵਿੱਚੋਂ ਇਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਿੰਨੇ ਕੁੜੀਆਂ ਬਿਨਾਂ ਦੱਸੇ ਘਰੋਂ ਚਲੇ ਗਈਆਂ ਸਨ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ, ਪਰ 14, 15, 16 ਤਿੰਨਾਂ ਕੁੜੀਆਂ ਦੀ ਉਮਰ ਸੀ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਤਿੰਨ ਕੁੜੀਆਂ ਦੀ ਮੌਤ ਹੋ ਗਈ ਹੈ, ਤਿੰਨਾਂ ਦੀਆਂ ਲਾਸ਼ਾਂ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੋ ਕੁੜੀਆਂ ਇੱਕੋ ਪਰਿਵਾਰ ਦੀਆਂ ਤੇ ਇੱਕ ਕੁੜੀ ਰਿਸ਼ਤੇਦਾਰਾਂ ਦੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀਆਂ ਲਾਸ਼ਾਂ ਹੁਣ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ। ਮਾਮਲਾ ਇਹ ਹੈ ਵੀ 12 ਤਰੀਕ ਦੀ ਗੱਲ ਹੈ, 12 ਤਰੀਕ ਤੋਂ ਲੜਕੀਆਂ ਰਾਤ ਨੂੰ ਲਾਪਤਾ ਹੋ ਗਈਆਂ ਸੀਗੀਆਂ। ਜੋ ਪਰਿਵਾਰ ਵੱਖ ਵੱਖ ਰਾਜਾਂ 'ਚ ਵੱਖ ਵੱਖ ਜ਼ਿਲ੍ਹਿਆਂ 'ਚ ਲੱਭ ਰਿਹਾ ਸੀਗਾ, ਪਰ ਜਦੋਂ ਨਹੀਂ ਸਫਲਤਾ ਮਿਲੀ ਤਾਂ ਉਹਨਾਂ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ, ਕਿਉਂਕਿ ਇਹ ਡਕਾਲਾ ਚੌਂਕੀ ਪੈਂਦੀ ਪਸਿਆਣਾ ਥਾਣਾ ਤੇ ਭਾਨਰਾ ਪਿੰਡ ਪੈਂਦਾ, ਤੇ ਭਾਨਰੇ ਦੇ ਕੋਲ ਜੀ ਪਿੰਡ ਦੇ ਰਹਿਣ ਵਾਲੇ ਸੀ, ਉੱਥੇ ਮੰਡੀ ਹੈ ਕੋਈ ਅਨਾਜ ਮੰਡੀ ਟਾਈਪ 'ਚ, ਉੱਥੇ ਰਹਿੰਦੀਆਂ ਸੀਗੀਆਂ। ਤੇ ਉਸ ਤੋਂ ਬਾਅਦ ਭਾਖੜਾ ਦੀ ਇਹਨਾਂ ਦੀ ਕੋਈ ਕੈਮਰੇ 'ਚ ਜਦੋਂ ਚੈੱਕ ਕਰਿਆ ਪਰਿਵਾਰ, ਇਹ ਭਾਖੜਾ ਵੱਲ ਜਾਂਦੀ ਨਜ਼ਰ ਆਈਆਂ ਨੇ, ਪਰ ਜਦੋਂ ਗੋਤਾਖੋਰਾਂ ਨੇ ਅੱਜ ਕੀ ਹੋਇਆ, ਇਹ ਦੋ ਬੋਡੀਆਂ ਸਾਨੂੰ ਸਮਾਣੇ ਤੋਂ ਮਿਲੀਆਂ ਨੇ, ਇੱਕ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਹੈ। ਕੋਈ ਸ਼ੱਕ ਵਗੈਰਾ ਜਿਹਦਾ ਕਿ ਕੋਈ ਭਾਖੜਾ ਜਾ ਰਹੀ ਸੀ ਜਾਂ ਕੋਈ ਕੋਈ ਕਲੇਸ਼ ਹੋਇਆ ਜਾਂ ਕੋਈ ਹੋਰ ਕੋਈ ਬਾਹਰ ਕੋਲ ਕੋਈ ਵੀ ਨਹੀਂ ਕਰਦਿਆਂ ਦਾ ਇਹ ਕਹਿਣਾ ਵੀ ਲੜਕੀਆਂ ਸੀਗੀਆਂ ਇਹ ਘਰ ਸਾਡੇ ਨਾਲ ਹੀ ਸੀ ਜਿਹਨਾਂ ਨੇ, ਪੁਲਿਸ ਵੀ ਇੱਥੇ ਪਹੁੰਚ ਗਈ ਹੈ, ਪੁਲਿਸ ਨੇ ਮੇਰੇ ਕੋਲ ਦਰਜ ਕੀਤਾ, ਬਾਕੀ ਉਹ ਹੁਣ ਜਾਂਚ ਦਾ ਵਿਸ਼ੇ ਪੁਲਿਸ ਕੀ ਕਰਦੀ ਹੈ। ਬੱਚੇ ਇੱਥੇ ਬੈਠੇ ਸੀਗੇ ਤੇ ਇੱਥੋਂ ਹੀ ਗਾਇਬ ਹੋ ਗਏ।